ਪੰਚਾਇਤੀ ਚੋਣਾਂ ਦਾ ਅਖਾੜਾ ਭਖਿਆ, ਸਭ ਆਪਣੀ ਆਪਣੀ ਕਿਸਮਤ ਅਜਮਾਉਣ ਲਈ ਅਖਾੜੇ ਵਿੱਚ ਉਤਰੇ। ਉੱਥੇ ਹੀ ਰਾਮਦਾਸ ਮਹੰਤ, ਜਿਨ੍ਹਾਂ ਦਾ ਕਹਿਣਾ ਹੈ ਮੇਰਾ ਪਿੰਡ ਮੇਰਾ ਪਰਿਵਾਰ, ਸੇਵਾ ਕੀਤੀ ਹੈ ਸੇਵਾ ਕਰਾਂਗੇ। ਜੀ ਹਾਂ, ਪਿੰਡ ਖੁੱਡੀ ਕਲਾਂ ਤੋਂ ਸਰਪੰਚ ਦੀ ਚੋਣ ਲੜ ਰਹੇ ਸਾਬਕਾ ਪੰਚਾਇਤ ਮੈਂਬਰ ਰਾਮਦਾਸ ਮਹੰਤ, ਜਿਨ੍ਹਾਂ ਵੱਲੋਂ ਸਾਬਕਾ ਪੰਚਾਇਤ ਮੈਂਬਰ ਹੁੰਦੇ ਹੋਏ ਵੀ ਪਿੰਡ ਦੇ ਬਹੁਤ ਵਿਕਾਸ ਤੇ ਸੁਧਾਰ ਕਰਾਏ ਗਏ, ਹੁਣ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਸਰਪੰਚ ਬਣਨ ਦਾ ਕਹਿਣਾ ਹੈ ਪਿੰਡ ਵਾਲਿਆਂ ਦਾ। ਉੱਥੇ ਹੀ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਨੂੰ ਪੂਰੀ ਸਪੋਰਟ ਹੈ। ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਰਾਮਦਾਸ ਮਹੰਤ ਵੱਲੋਂ ਕਿਹਾ ਗਿਆ ਕਿ ਸੇਵਾ ਕੀਤੀ ਹੈ ਸੇਵਾ ਕਰਾਂਗੇ, ਵਿਕਾਸ ਕੀਤਾ ਹੈ ਤੇ ਅੱਗੇ ਵੀ ਵਿਕਾਸ ਕਰਾਂਗੇ। ਬਹੁਤ ਵਧੀਆ ਇਨਸਾਨ ਨੇ ਜੀ, ਵਧੀਆ ਕੰਮ ਕਰੇ ਨੇ ਉਹਨਾਂ ਨੇ, ਪਹਿਲਾਂ ਪਿੰਡ ਪੱਧਰ ਤੇ ਜੀ ਸਾਰੇ ਕੰਮ ਜਿੰਨੇ ਪਏ ਸੀ ਉਹ ਕਰਾਏ ਨੇ ਜੀ, ਤੇ ਅੱਗੇ ਵੀ ਕਰਾਉਣਗੇ ਜੀ, ਅਸੀਂ ਇਹਨਾਂ ਦੇ ਨਾਲ ਆ ਸਾਰੇ ਜੀ, ਆਸ ਗੁਆਂਢ ਦਾ ਪੂਰਾ ਸਹਿਯੋਗ ਹੈ ਜੀ। ਤੁਸੀਂ ਪੂਰਾ ਨਾਲ ਆ ਜੀ? ਹਾਂਜੀ ਹਾਂਜੀ, ਸਾਰੇ ਨਾਲ ਨੇ ਬੱਚੇ, ਜਿੰਨੇ ਕੀ ਕੀ ਰੱਖਦੇ ਆ ਵੀ ਇਹ ਵਧੀਆ ਕੰਮ ਕਰਕੇ ਦੇਣ ਜੀ, ਸਾਰੇ ਜਿੰਨੇ ਕੰਮ ਰਹਿੰਦੇ ਨੇ ਉਹ ਵਧੀਆ ਕਰਨ ਜੀ, ਤੇ ਅੱਗੇ ਤੋਂ ਵੀ ਮੰਨ ਲਓ ਵਧੀਆ ਵਧੀਆ ਬਾਬਾ ਕਿਰਪਾ ਕਰੇ ਵਧੀਆ ਕੰਮ ਕਰਨੇ ਜੀ। ਬੀਬੀ ਜਿਹੜਾ ਆਪਣੀ ਸੜਕ ਬਾਰੇ ਗੱਲ ਕਰ ਰਹੇ, ਇਹਦਾ ਮੈਂ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਵੀਰ ਜੀ ਵੀ ਸਾਰੇ ਪਿੰਡ ਦਾ ਉਹ ਮੇਨ ਰਸਤਾ ਹੈ, ਕੋਈ ਇੱਕ ਕਵਾੜ ਦਾ ਨਹੀਂ, ਦੋ ਦਾ ਨਹੀਂ, ਤਿੰਨ ਉੱਥੇ ਗੁਰੂ ਘਰ ਲੱਗਦੇ ਨੇ ਉਹ ਸੜਕ ਦੇ ਉੱਤੇ। ਵੀ ਅੱਜ ਤੋਂ ਮੇਰੀ ਸਮਝ ਸਾਡੀ ਇਹਨਾਂ ਦੇ ਸੁਰਤ ਤੋਂ ਪਹਿਲਾਂ ਦੀ ਬਣੀ ਹੋਈ ਗਲੀ ਸੀ ਮੇਰੇ ਹਸਬੈਂਡ ਦੇ, ਵੀ ਉਹ ਅਸੀਂ ਆਪਦੇ ਪਾਂਚੀ ਚ ਬਣਾਈ, ਸਾਰੇ ਪਿੰਡ ਨੂੰ ਪਤਾ ਇੰਟਰਲੋਕ ਪਾਈ ਹੈ। ਹਾਂ, ਤਿੰਨ ਪਾਰਕ ਬਣਵਾਏ ਅਸੀਂ ਆਪਦੀ ਪਾਂਚੀ ਦੇ ਵਿੱਚ, ਬਣਾਏ ਸਾਰੇ ਪਿੰਡ ਚ। ਅਸੀਂ ਤਾਂ ਇਹੀ ਕਹਿੰਦੇ ਹਾਂ ਸਾਡੇ ਚਾਚਾ ਜੀ ਬਹੁਤ ਵਧੀਆ ਕੰਮ ਕਰਦੇ ਨੇ ਜੀ, ਠੀਕ ਹੈ, ਕਿਉਂਕਿ ਅੱਜ ਤੱਕ ਅਸੀਂ ਜਿੱਦਾਂ 5 ਸਾਲ ਹੋ ਗਏ ਇਹਨਾਂ ਨੂੰ ਮੈਂਬਰ ਬਣੇ। ਹਾਂਜੀ, ਵੀ ਸਾਰੇ ਪਿੰਡ ਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਜੀ, ਵੀ ਲੋਕਲ ਹੀ ਕਰੇ ਨੇ ਜਿੰਨਾ ਹੋ ਸਕੇ, ਉਹਨਾਂ ਵੱਧ ਤੋਂ ਵੱਧ ਇੱਥੇ ਸਾਡੇ ਇੰਨਾ ਹੋ ਸੀਗਾ ਗੰਦ ਇਹ ਚੱਕਿਆ ਹੈਗਾ, ਪਾਰਕ ਪੂਰਕ ਬਣਾ ਕੇ ਹੋਰ ਸਾਰੇ ਪਿੰਡ ਦਾ ਇਹਨਾਂ ਨੇ ਪੂਰਾ ਸੁਧਾਰ ਕੀਤਾ। ਤੁਸੀਂ ਉਹਨਾਂ ਸਰਪੰਚ ਦੇਖਣਾ ਚਾਹੁੰਦੇ? ਹਾਂਜੀ, ਅਸੀਂ ਤਾਂ ਇਹ ਕਹਿੰਦੇ ਵੀ ਸਰਪੰਚ ਇਹੀ ਬਣਨ ਜੀ। ਹਾਂਜੀ, ਵੀ ਬਹੁਤ ਵਧੀਆ ਇਹਨਾਂ ਦਾ ਵੀ ਹੁਣ ਤੱਕ ਦਾ ਵੀ ਜਿੰਨਾ ਵੀ ਉਹ ਕਰਿਆ ਇਹਨਾਂ ਨੇ ਬਹੁਤ ਵਧੀਆ, ਮੈਂਬਰ ਹੋਣ ਦੇ ਬਾਵਜੂਦ ਵੀ ਉਹ ਵਧੀਆ ਇਹਨਾਂ ਨੇ ਕਰੇਗਾ, ਸਰਪੰਚੀ ਵਰਗੇ ਕੰਮ ਕੀਤੇ ਨੇ, ਐਂ ਸੋਚ ਲਓ। ਧੰਨਵਾਦ, ਵਧੀਆ ਗੱਲ ਹੈ, ਚੰਗੀ ਜੀ। ਮੈਂਬਰ ਵੀ ਰਹੇ ਨੇ, ਵਿਕਾਸ ਕੀਤਾ ਇਹਨਾਂ ਨੇ? ਹਾਂਜੀ ਕੀਤਾ ਜੀ ਜੀ। ਜੇ ਵਿਕਾਸ ਦੀ ਗੱਲ ਕਰੀਏ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਅਧੂਰੇ ਨੇ ਜਿਹੜੇ ਤੁਸੀਂ ਇਹਨਾਂ ਦੀ ਉਮੀਦ ਰੱਖਦੇ ਹੋ? ਬਹੁਤ ਅਧੂਰੇ ਆ ਜੀ। ਕਿਹੜੇ ਕਿਹੜੇ? ਫਿਰ ਵੀ ਸਕੂਲ ਦਾ ਵਿਕਾਸ ਰਹਿੰਦਾ, ਸਟੇਡੀਅਮ ਵਗੈਰਾ ਜੀ, ਉਸ ਤੋਂ ਬਾਅਦ ਸੜਕਾਂ ਜੀ ਜੀ, ਬਹੁਤ ਕੰਮ ਅਧੂਰੇ ਜੀ ਜੀ। ਤੁਸੀਂ ਇਹਨਾਂ ਤੋਂ ਪੂਰੀ ਉਮੀਦ ਰੱਖਦੇ ਹੋ? ਹਾਂਜੀ। ਕਿੰਨਾ ਯੂਥ ਨਾਲ ਆ ਜੀ? ਸਾਰੇ ਯੂਥ ਨਾਲ ਆ ਜੀ। ਜਿਤਾਓਗੇ ਜੀ? ਹਾਂਜੀ ਜਿਤਾਵਾਂਗੇ ਜੀ। ਹਾਂਜੀ, ਮੈਂ ਪਹਿਲਾਂ ਵਾਰਡ ਨੰਬਰ 6 ਤੋਂ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਸੀ, ਹੁਣ ਮੈਂ ਆਪਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸਰਪੰਚ ਦੀ ਚੋਣ ਲੜਾ ਜੀ। ਮੈਂ ਇੱਕ ਤਾਂ ਜੀ ਪਿੰਡ ਦੀ ਸੁੰਦਰਤਾ ਲਈ 3 ਪਾਰਕ ਬਣਵਾਏ, ਉਹਨਾਂ ਦੇ ਵਿੱਚ ਝੂਲੇ ਲਵਾਏ ਤੇ ਲਾਈਟਾਂ ਫਿੱਟ ਕਰਵਾਈਆਂ ਤੇ 6 ਕੁਰਸੀਆਂ ਫਰਸ਼ੀ ਆਪਣੇ ਕਰਵਾਈਆਂ, 5 ਗਲੀਆਂ ਨਾਲੀਆਂ ਅਲੱਗ ਟਾਈਲ ਪਵਾਈ ਤੇ 3 ਗਲੀਆਂ 'ਚ ਖੜਵੰਜਾ ਪਵਾਏ ਜੀ, ਬਾਬੇ ਸ਼ਹੀਦਾਂ ਵਾਲੀ ਗਲੀ ਦੀ ਇੰਟਰਲੋਕ ਪਵਾਈ, ਸੁਪਰਾ ਰੋਡ ਵਾਲਾ ਨਾਲਾ ਬਣਵਾਇਆ ਜੀ, ਪਿੰਡ ਦੀ ਪਾਣੀ ਦੀ ਨਿਕਾਸੀ ਲਈ ਛੱਪੜ ਵਿੱਚ ਕੱਚਾ ਨਾਲਾ ਸੀ ਉਹ ਪੱਕਾ ਕਰਵਾਇਆ, ਪਾਣੀ ਦੀ ਕਮੀ ਨੂੰ ਦੇਖਦੇ ਹੋਏ 20x20 ਮੋਟਰ ਲਗਵਾਈਆਂ ਜੀ, ਰਾਓ ਪੱਤੀ ਦੀ ਧਰਮਸ਼ਾਲਾ ਵਿੱਚ ਲੈਟਰ ਅਤੇ ਬਾਥਰੂਮ ਬਣਵਾਈ, ਅਤੇ ਸਰਕਾਰੀ ਸਕੂਲ ਹਸਪਤਾਲ ਵਿੱਚ ਲੈਟਰਾਂ ਅਤੇ ਬਾਥਰੂਮ ਬਣਵਾਈਆਂ, ਸਰਕਾਰੀ ਸਕੂਲ ਵਿੱਚ ਜਿੰਨੇ ਵੀ ਕੰਮ ਕਰਵਾਏ ਸਾਰੇ ਆਪਦੇ ਟਰੈਕਟਰ ਨਾਲ ਫਿਰੀ ਸੇਵਾ ਕੀਤੀ ਅਤੇ ਗਰਾਊਂਡ ਦਾ ਸਾਰਾ ਕੰਮ ਕਰਵਾਇਆ ਜੀ। ਵਿਕਾਸ ਥੋੜ੍ਹੇ ਜਿਹੇ ਦੋ ਅਧੂਰੇ ਰਹਿ ਗਏ ਦੱਸਣ ਵਾਲੇ, ਮੈਂ ਉਹ ਵੀ ਦੱਸ ਦਿਆਂ, 70-80 ਬਜ਼ੁਰਗਾਂ ਦੀਆਂ ਪੈਨਸ਼ਨਾਂ ਲਗਵਾਈਆਂ, ਗੰਦੇ ਪਾਣੀ ਦੀ ਨਿਕਾਸੀ ਲਈ ਅੰਡਰਗਰਾਊਂਡ ਪਾਈਪਾਂ ਪਵਾਈਆਂ, ਪਿੰਡ ਦੇ ਵਿੱਚ ਗੰਦੇ ਪਾਣੀ ਨਾਲੇ ਦੀ ਸਫਾਈ ਕਰਾ ਕੇ ਸਾਰਾ ਕੁਛ ਆਪ ਚੱਕ ਕੇ ਬਾਹਰ ਛੱਡਦਾ ਰਹਿਆਂਗੇ। ਹੁਣ ਅੱਗੇ ਇਹ ਕੰਮ ਦੀ ਮਤਲਬ ਕਰਨੇ ਜੀ, ਇੱਕ ਤਾਂ ਸਰਕਾਰੀ ਹਸਪਤਾਲ ਜਿਹੜਾ ਆਪਣਾ ਛੋਟਾ ਉਹ ਵੱਡਾ ਅਪਡੇਟ ਕਰਵਾਉਣਾ ਅਤੇ ਗ੍ਰਿਡ ਲੈ ਕੇ ਆਉਣਾ ਜੀ ਪਿੰਡ ਦੇ ਵਿੱਚ, ਦਾਣਾ ਮੰਡੀ ਸਾਡੇ ਕਿਸਾਨਾਂ ਲਈ ਥੋੜ੍ਹੀ ਆ ਉਹ ਪੱਕੀ ਕਰਵਾਉਣੀ ਆ ਜੀ, ਬਾਕੀ ਸਿਰੇ ਅੱਡੇ ਨਹੀਂ ਹੈਗੇ ਸਾਡੇ ਜੀ, ਬੱਸ ਸਟੈਂਡ ਹੈ ਨਹੀਂ ਗੀ ਬੈਠਣ ਨੂੰ ਯਾਤਰੀਆਂ ਵਾਸਤੇ, ਤੇ ਬਹੁਤ ਮੁਸ਼ਕਿਲ ਆਉਂਦੀ ਹੈ ਗਰਮੀ ਦੇ ਵਿੱਚ, ਬੱਚਿਆਂ ਵਾਲੀਆਂ ਕੁੜੀਆਂ ਬੁੜੀਆਂ ਬਹੁਤ ਮੁਸ਼ਕਿਲਾਂ ਬਹਿੰਦੀਆਂ, ਉਹਨਾਂ ਵਾਸਤੇ ਅਸੀਂ ਕੰਮ ਕਰਨਾ ਹੈ ਇਸ ਜਗ੍ਹਾ ਮਿਲਦਾ ਜੀ। ਅਸੀਂ ਨਸ਼ਾ ਰਹਿਤ ਹਾਂ ਜੀ, ਨਸ਼ੇ ਤੋਂ ਬਿਨਾਂ ਅਸੀਂ ਚੋਣ ਲੜ ਰਹੇ ਭੈਣਾਂ ਭਾਈਆਂ ਦੇ ਸਹਿਯੋਗ ਨਾਲ, ਅਸੀਂ ਨਸ਼ਾ ਰਹਿਤ ਹਾਂ, ਨਸ਼ਾ ਰਹਿਤ ਸਾਰਾ ਪਰਿਵਾਰ ਹੈ, ਨਸ਼ੇ ਰਹਿਤ ਹੀ ਅਸੀਂ ਪਹਿਲਾਂ ਵੋਟ ਮਤਲਬ ਮੰਗੀ ਹੈ, ਨਸ਼ਾ ਰਹਿਤ ਹੀ ਵੋਟ ਹੁਣ ਮੰਗ ਰਹੇ ਹਾਂ ਜੀ। ਹਾਂਜੀ, ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਨੌਜਵਾਨਾਂ ਦੀ ਤੁਸੀਂ ਕੀ ਪਹਿਲਾਂ ਤੇ ਲੈ ਕੇ? ਅਸੀਂ ਜੀ ਇੱਕ ਗਰਾਊਂਡ ਮਤਲਬ ਕਰਵਾਵਾਂਗੇ, ਇੱਕ ਤਾਂ ਅਪਡੇਟ ਅਤੇ ਉਹ ਕਰਵਾਵਾਂਗੇ ਆਪਣਾ ਸਟੇਡੀਅਮ ਲੈ ਕੇ ਆਵਾਂਗੇ ਜੀ, ਸਟੇਡੀਅਮ ਵਾਸਤੇ ਅਸੀਂ ਪੂਰਾ ਪ੍ਰਬੰਧ ਕਰਾਂਗੇ, ਹਰ ਸਾਲ ਅਸੀਂ ਇਹ ਸੋਚੀ ਆ ਵੀ ਬੱਚੇ ਬਚੇ ਰਹਿਣ ਨਸ਼ੇ ਤੋਂ,
ਲਾਇਬ੍ਰੇਰੀ ਲੈ ਕੇ ਆਵਾਂਗੇ ਆਪਣੀ ਪੂਰੀ ਵਧੀਆ ਫਸਟ ਕਲਾਸ ਜਿਹੜੀ ਸ਼ਹਿਰੀ ਲਾਇਬ੍ਰੇਰੀ ਹੁੰਦੀ ਹੈ ਉਹ ਪਿੰਡ ਦੇ ਵਿੱਚ ਲੈ ਕੇ ਆਵਾਂਗੇ।